ਉਹ ਵੀ ਬਣਾਉਂਦਾ ਤੇ ਇਹ ਸਰਦਾਰ ਕਿਸਾਨ ਆਗੂ ਰੁੰਦੂ ਸਿੰਘ ਮਾਨਸਾ ਜੀ ਨੂੰ ਅੱਜ ਹਾਊਸ ਅਰੈਸਟ ਕਰ ਲਿਆ ਗਿਆ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਬਾਰੇ? ਅੱਜ ਅਸੀਂ ਮਤਲਬ ਭਾਨੇ ਸਿੱਧੂ ਨੂੰ ਛਡਾਉਣ ਵਾਸਤੇ ਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਲੀਡਰ ਮਜ਼ਦੂਰ ਲੀਡਰ ਸਾਰੇ ਅਸੀਂ ਉੱਥੇ ਜਾ ਰਹੇ ਹਾਂ। ਮੈਂ ਮਤਲਬ ਹੁਣ ਤਿਆਰੀ 'ਚ ਹਾਂ, ਪਰ ਮੈਂ ਜਦੋਂ ਬਾਹਰ ਨਿਕਲਣਾ ਤਾਂ ਮੇਰੇ ਕੋਲ ਖੜੀ ਹੈ। ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜੇ ਸਾਰੇ ਲੀਡਰ ਕੀ ਹੁਕਮ ਹੈ ਸਰਕਾਰ ਨਹੀਂ ਜੀ, ਉੱਥੇ ਲੀਡਰ ਨਾ ਗਏ ਉੱਥੇ ਮਤਲਬ ਲੋਕਾਂ ਦੀ ਝੜਪ ਪੈਂਦੀ ਹੈ ਤਾਂ ਨੁਕਸਾਨ ਹੋ ਸਕਦਾ ਹੈਗਾ। ਹਾਂ ਇਹਦੇ ਬਾਰੇ ਤੁਸੀਂ ਅਫਸਰਾਂ ਨਾਲ ਗੱਲ ਕਰੋ, ਗੱਲ ਕਰ ਲਈਏ। ਹਾਂ ਅਤੇ ਵੀ ਜੇ ਲੀਡਰ ਉੱਥੇ ਜਾਣਗੇ ਤਾਂ ਟਕਿਆ ਰਹਿ ਸਕਦਾ, ਕਿਉਂ ਨੌਜਵਾਨਾਂ ਨੂੰ ਨਹੀਂ ਤਜਰਬਾ ਹੁੰਦਾ ਵੀ ਸੰਘਰਸ਼ ਕਿਵੇਂ ਲੜਨੇ ਨੇ। ਬਿਲਕੁਲ ਬਿਲਕੁਲ, ਅਸੀਂ ਉੱਥੇ ਕੰਟਰੋਲ ਕਰਕੇ ਉਸ ਗੱਲ ਨੂੰ ਸਹੀ ਰੱਖ ਸਕਦੇ। ਠੀਕ ਹੈ, ਤੁਸੀਂ ਆਪਦੇ ਅਫਸਰਾਂ ਨਾਲ ਗੱਲ ਕਰੋ, ਮੈਂ ਹਜੇ ਇੱਥੇ, ਮੈਂ ਕੋਈ ਗੱਲ ਨਹੀਂ, ਮੇਰੀ ਆਪਣੇ ਅਫਸਰਾਂ ਨਾਲ ਗੱਲ ਕਰ ਲੈਂਦੇ। ਕਿਵੇਂ ਲੱਗ ਰਿਹਾ ਬਾਪੂ ਜੀ ਇਹ ਜਿਹੜਾ ਭਗਵੰਤ ਮਾਨ ਦਾ ਹੁਣ? ਮੇਰਾ ਖਿਆਲ ਹੈ ਸਰਕਾਰ ਦਾ ਇਸ ਗੱਲ 'ਤੇ ਧੱਕਾ ਹੈ, ਕਿਉਂ ਮੈਨੂੰ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਪ੍ਰਧਾਨ ਦਾ ਫੋਨ ਹੁਣੇ ਆਇਆ, ਉਹ ਕਹਿੰਦਾ ਵੀ ਮੇਰੇ ਵਰਗੇ ਪੁਲਿਸ ਲਾ ਛੱਡੀ ਹੈ। ਮੈਂ ਲੱਖੋ ਦੇ ਆਗੂ ਨਾਲ ਗੱਲ ਕਰੀ ਨਿਰਮਲ ਝੰਡੂਕਰ ਨਾਲ, ਉਹਦੇ ਨਾਲ ਵੀ ਕਿਵੇਂ ਆ ਤਿਆਰੀ, ਉਹ ਕਹਿੰਦਾ ਮੇਰੇ ਵੀ ਵਰਗੇ ਪੁਲਿਸ ਲਾ ਛੱਡੀ ਆ, ਜਿੰਨੇ ਵੀ ਲੀਡਰਾਂ ਨਾਲ ਮੇਰਾ ਉੱਤੇ ਗੱਲਬਾਤ ਹੋਈ ਹੈ ਸਾਰੇ ਲੀਡਰਾਂ ਨੂੰ ਘਰੇ ਹੀ ਮਤਲਬ ਇੱਕ ਤਰ੍ਹਾਂ ਦਾ ਨਜ਼ਰਬੰਦ ਕਰਿਆ ਹੋਇਆ। ਇਹ ਸਰਕਾਰ ਦੀ ਗਲਤੀ ਹੈ, ਲੋਕਾਂ 'ਚ ਰੋਹ ਹੈ, ਲੋਕਾਂ ਦਾ ਇਕੱਠ ਹੋਊਗਾ। ਸਰਕਾਰ ਅੱਜ ਵੀ ਉਹਨੂੰ ਮਤਲਬ ਸਿੱਧੂ ਭਾਨੇ ਨੂੰ ਰਿਹਾਅ ਕਰੇ, ਅਸੀਂ ਤਾਂ ਇੱਥੋਂ ਤੱਕ ਕਹਿੰਦੇ ਹਾਂ ਇਕੱਲਾ ਉਹਨੂੰ ਰਿਹਾਅ ਨਾ ਕਰੇ, ਜਿਹੜੇ ਬੁੱਧੀਜੀਵੀ ਫੜੇ ਨੇ ਸੈਂਟਰ ਸਰਕਾਰ ਨੇ, ਜਿਹੜੇ ਸਿੰਘ ਬੰਦੀ ਅੰਦਰ ਨੇ, ਜਾਂ ਮੁਸਲਮਾਨ ਕੋਈ ਬੁੱਧੀ ਅੰਦਰ ਨੇ, ਜਾਂ ਹਿੰਦੂ ਬੁੱਧੀਜੀਵੀ ਅੰਦਰ ਨੇ, ਸਾਰਿਆਂ ਨੂੰ ਰਿਹਾਅ ਕੇ ਮੰਗ ਤਾਂ ਅਸੀਂ ਸਾਰਿਆਂ ਦੀ ਕਰਦੇ ਹਾਂ, ਪਰ ਤੁਰਤ ਮੰਗ ਭਾਨੇ ਸਿੱਧੂ ਦੀ ਹੈ, ਜਿਹੜਾ ਉਹਦੇ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਅਤੇ ਮੇਰਾ ਖਿਆਲ ਹੈ ਵੀ ਅੱਜ ਉਦੋਂ ਚਾਰ ਗੁਣਾ ਇਕੱਠ ਹੋਣਾ, ਪੂਰੀ ਲੋਕਾਂ ਦੀ ਤਿਆਰੀ ਹੈ। ਮੈਨੂੰ ਸਾਰੇ ਫੋਨ ਆਈ ਜਾਂਦੇ ਜਥੇਬੰਦੀਆਂ ਦੇ, ਪਰ ਜਿਹੜੇ ਮੇਨ ਲੀਡਰ ਨੇ ਉਹ ਪ੍ਰਸ਼ਾਸਨ ਨੇ ਸਾਰਿਆਂ ਦੇ ਘਰ ਘੇਰੇ ਹੋਏ ਨੇ, ਸੀਲਬੰਦ ਕਰ। ਮੈਂ ਇਸ ਗੱਲ ਦੀ ਪੰਜਾਬ ਸਰਕਾਰ ਦੀ ਨਿਖੇਧੀ ਕਰਦਾ, ਜੇ ਪੰਜਾਬ ਦਾ ਮਾਹੌਲ ਠੀਕ ਰੱਖਣਾ ਤਾਂ ਭਾਨੇ ਸਿੱਧੂ ਨੂੰ ਰਿਹਾਅ ਕੀਤਾ ਜਾਵੇ, ਕਿਸੇ ਵੀ ਢੰਗ ਨਾਲ ਰਿਹਾਅ ਕੀਤਾ ਜਾਵੇ, ਅਤੇ ਨਹੀਂ ਉਹਨਾਂ ਚਿਰ ਦੋਲਣ ਜਾਰੀ ਰਹੂਗਾ। ਅਤੇ ਨੌਜਵਾਨਾਂ ਲਈ ਕੀ ਸੰਦੇਸ਼ ਬਾਪੂ ਜੀ, ਜਿਹੜੇ ਉੱਥੇ ਜਾ ਰਹੇ ਨੇ ਨੌਜਵਾਨ, ਉਹਨਾਂ ਲਈ ਕੀ ਆ? ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ, ਉਹ ਸ਼ਾਂਤ ਰੱਖਣ। ਠੀਕ ਹੈ, ਅੰਦੋਲਨ ਨੂੰ ਕਦੇ ਵੀ ਹਿੰਸਕ ਨਹੀਂ ਹੋਣਾ ਦੇਣਾ ਚਾਹੀਦਾ ਸਾਰੀਆਂ ਉਮਰਾਂ ਨਾਲ, ਜੇ ਅੰਦੋਲਨ ਹਿੰਸਕ ਹੋ ਗਿਆ ਤਾਂ ਅੰਦੋਲਨ ਮੁੜ ਕੇ ਮਤਲਬ ਚੱਲਣਾ ਨਹੀਂ ਗਾ। ਅੰਦੋਲਨ ਨੂੰ ਸ਼ਾਂਤ ਰੱਖਣ, ਉੱਥੇ ਪੰਥੀ ਮਾਰ ਕੇ ਬਹਿ ਜਾਣ, ਸਾਡੇ ਘਰ ਕਿੰਨਾ ਕੁ ਚਿਰ ਘੇਰ ਲੈਣਗੇ, ਜੇ ਕੱਲ੍ਹ ਨੂੰ ਛੱਡ ਦੇਣਗੇ ਅਸੀਂ ਕੱਲ੍ਹ ਨੂੰ ਆ ਜਾਵਾਂਗੇ, ਪਰਸੋਂ ਨੂੰ ਛੱਡ ਦੇਣਗੇ ਪਰਸੋਂ ਨੂੰ ਪੱਗ ਜਾਵਾਂਗੇ, ਕਦੋਂ ਵੀ ਸਾਡੇ ਘਰ ਨੂੰ ਸੁਣਨਾ ਛੱਡਣਗੇ ਅਸੀਂ ਉਹਦੀ ਜਾਵਾਂਗੇ, ਬਿਲਕੁਲ ਜਾਵਾਂਗੇ, ਨਹੀਂ ਹਟਾਂਗੇ ਜਾਏ ਬਣਾ। ਮੈਂ ਨੌਜਵਾਨਾਂ ਨੂੰ ਦੁਬਾਰਾ ਫਿਰ ਤੁਹਾਡੇ ਰਾਹੀਂ ਬੇਨਤੀ ਕਰਦਾ, ਉਹ ਹੁੱਲੜਬਾਜ਼ੀ ਨਾ ਕਰਨ, ਹੁੱਲੜਬਾਜ਼ੀ ਦੇ ਨਾਲ ਮਤਲਬ ਅੰਦੋਲਨ ਖਰਾਬ ਹੋ ਜਾਂਦਾ, ਕਿਉਂ ਜੇ ਪੁਲਿਸ ਵੀ ਅੱਜ ਪੁਲਿਸ ਦੇ ਨੌਜਵਾਨ ਨੇ ਉਹ ਵੀ ਸਾਡੇ ਨੇ, ਜਿਹੜੇ ਲੜਨ ਵਾਲੇ ਲੋਕ ਆ ਉਹ ਵੀ ਆਪਾਂ ਹੀ ਆ, ਸਾਰਾ ਭਾਈ ਭਾਈ ਹੁੰਦਾ ਵਿੱਚ, ਇੱਕ ਪਾਸੇ ਪੁਲਿਸ 'ਚ ਹੁੰਦਾ ਗਾ, ਇੱਕ ਪਾਸੇ ਮਤਲਬ ਲੜਨ ਵਾਲੇ ਲੋਕ ਹੁੰਦੇ ਨੇ, ਕਿਉਂ ਰਾਜਨੀਤਿਕ ਲੋਕਾਂ ਦਾ ਕੁਛ ਨਹੀਂ ਵਿਗੜਦਾ। ਮੁੱਖ ਮੰਤਰੀ ਤਾਂ ਮੌਜ ਨਾਲ ਕੋਠੀ 'ਚ ਬੈਠਾ ਹੋਊਗਾ, ਉਹਦੇ ਤਾਂ ਕੋਈ ਟਰੋੜਾ ਨਹੀਂ ਵੱਜਣਾ, ਟਰੋੜਾ ਵੱਜਣਾ ਸਾਡੇ ਨੌਜਵਾਨਾਂ ਦੇ, ਪੁਲਿਸਾਂ ਦੇ, ਜੇ ਇਹਨਾਂ ਨੇ ਡਾਂਗਾ ਮਾਰਨੀਆਂ ਤਾਂ ਸਾਡੇ 'ਤੇ ਮਾਰਨੀਆਂ। ਮੈਂ ਨੌਜਵਾਨਾਂ ਨੂੰ ਦੁਬਾਰੇ ਫਿਰ ਬੇਨਤੀ ਕਰਦਾ, ਅੰਦੋਲਨ ਨੂੰ ਸ਼ਾਂਤ ਰੱਖਣਾ ਕੋਈ ਗੱਲ ਨਹੀਂ,
ਕਿੰਨਾ ਕੁ ਚਿਰ ਘੇਰ ਕੇ ਬਹਾ ਲੈਣਗੇ? ਜਿੰਨਾ ਚਿਰ ਭਾਨੇ ਸਿੰਧੂ ਨੂੰ ਰਿਹਾ ਨਹੀਂ ਕਰਦੇ ਸਾਡਾ ਅੰਦੋਲਨ ਮਤਲਬ ਬੰਦ ਨਹੀਂ ਹੋਊਗਾ, ਅਸੀਂ ਲੜੀ ਆਪਾਂ।